ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ। ਅਤੇ ਅੱਜ ਹੈਗਾ ਜੀ ਸ਼ਨੀਵਾਰ ਦਾ ਦਿਨ, ਅਤੇ ਸਵੇਰ ਤੋਂ ਮੈਂ ਆਪਣਾ ਬਲੌਗ ਸ਼ੁਰੂ ਕੀਤਾ ਹੈ। 8:30-9 ਦਾ ਟਾਈਮ ਹੈ, ਅਤੇ ਮੈਂ ਪਹਿਲਾਂ ਚਾਹ ਤੋਂ ਹੀ ਸ਼ੁਰੂ ਕੀਤਾ ਹੈ। ਸਵੇਰ ਦੀ ਆਪਾਂ ਚਾਹ ਪੀਣ ਲੱਗੇ ਸੀਗੇ, ਅਤੇ ਬਸ ਮੈਂ ਚਾਹ ਹੀ ਧਰੀ ਹੈ ਹਲੇ ਬਣਨ ਵਾਸਤੇ। ਅਤੇ ਮੌਸਮ ਬਹੁਤ ਜ਼ਿਆਦਾ ਇੱਥੇ ਮੀਂਹ ਵਾਲਾ ਹੋਇਆ ਪਿਆ, ਸ਼ਾਇਦ ਰਾਤੀ ਤਾਂ ਮੀਂਹ ਪੈ ਕੇ ਵੀ ਹਟਿਆ, ਕਿਉਂਕਿ ਸੜਕਾਂ ਗਿੱਲੀਆਂ ਸੀਗੀਆਂ, ਰਾਤੀ ਥੋੜ੍ਹਾ ਬਹੁਤਾ ਮੀਂਹ ਪਿਆ ਹੋਣਾ ਫਿਰ। ਅਤੇ ਆ ਕੋਠੇ 'ਤੇ ਇਸ ਟਾਈਮ ਤਾਂ ਹਲੇ ਬੰਦ ਹੈ, ਮੌਸਮ ਹੋਇਆ ਪਿਆ ਹਲੇ ਵੀ ਬੱਦਲ ਬੁੱਦਲ ਜੇ। ਅਤੇ ਬੂਟੇ ਬਹੁਤ ਜ਼ਿਆਦਾ ਵਧੀਆ ਹੋਏ ਪਏ ਨੇ ਮੀਂਹ ਕਰਕੇ। ਮੇਰਾ ਗੁਲਾਬ ਦਾ ਬੂਟਾ ਵੀ ਹੁਣ ਗੁਲਾਬ ਦੇ ਫੁੱਲ ਵਗੈਰਾ ਬੜੇ ਸੋਹਣੇ ਖਿੜਨ ਲੱਗ ਗਏ ਨੇ, ਅਤੇ ਬਾਕੀ ਬੂਟੇ ਵੀ ਵਧੀਆ ਆ ਖਾਲੀ ਪਏ ਨੇ। ਇਹਨਾਂ ਦੇ ਵਿੱਚ ਬੂਟੇ ਲਵਾਵਾਂਗੀ ਹੁਣ ਮੈਂ। ਅਤੇ ਲਓ ਜੀ ਇੱਧਰ ਆਪਣੀ ਚਾਹ ਵੀ ਬਣ ਚੱਲੀ ਹੈ, ਅਤੇ ਨਾਲ ਹੀ ਆਪਾਂ ਹੁਣ ਚਾਹ ਨੂੰ ਗਲਾਸਾਂ ਦੇ ਵਿੱਚ ਪਾ ਕੇ ਅਤੇ ਬਾਹਰ ਲੈ ਆਈ ਹਾਂ ਮੈਂ, ਅਤੇ ਹੁਣ ਆਪਾਂ ਚਾਹ ਪੀਵਾਂਗੇ। ਇਹ ਹੈਗਾ ਸੀ ਜੀ ਕਰੈਕਸ ਜੇ, ਪਤਾ ਨਹੀਂ ਚਿਪਸ, ਅਤੇ ਆਹ ਖੁੱਲ੍ਹੇ ਹੀ ਸਾਨੂੰ ਮਿਲ ਗਏ ਸੀਗੇ, ਕਾਫੀ ਵਧੀਆ। 2 ਕਿਲੋ ਲਿਆਂਦੇ ਸੀ ਖੁੱਲ੍ਹੇ ਆਪਾਂ 50 ਰੁਪਏ ਦੇ, ਅਤੇ ਉੱਦਾਂ ਜਦੋਂ ਪੈਕਟ ਲੈਣ ਜਾਂਦਾ ਨਾ ਯੁਵਰਾਜ ਰੋਜ਼ ਖਾਣ ਵਾਸਤੇ, 10 ਰੁਪਏ ਦਾ ਪੈਕਟ ਹੁੰਦਾ, ਅਤੇ ਬਹੁਤ ਥੋੜ੍ਹੇ ਜਿਹੇ ਨਿਕਲਦੇ, ਹਵਾ ਹੀ ਭਰੀ ਹੁੰਦੀ ਆ ਵਧੀਆ ਨੇ। ਅਤੇ ਮੈਂ ਡੱਬੇ ਦੇ ਵਿੱਚ ਕੱਢ ਕੇ ਰੱਖ ਰਹੀ ਸੀ, ਥੋੜ੍ਹੇ ਜਿਹੇ ਪਲੇਟ ਦੇ ਵਿੱਚ ਪਾ ਰਹੀ ਸੀ ਹੁਣ ਖਾਣ ਵਾਸਤੇ। ਅਤੇ ਮੌਸਮ ਬਹੁਤ ਵਧੀਆ ਹੋਇਆ ਪਿਆ, ਹਰਿਆਲੀ ਹਰਿਆਲੀ ਬੜੀ ਪਿਆਰੀ ਲੱਗਦੀ ਪਈ ਹੈ। ਅਤੇ ਬਸ ਮੀਂਹ ਪੈਣ ਦੀ ਹੁਣ ਫਿਰ ਦੁਬਾਰਾ ਤਿਆਰੀ ਹੈ। ਅਤੇ ਲਓ ਜੀ ਮੀਂਹ ਪੈਣਾ ਸ਼ੁਰੂ ਹੋ ਗਿਆ ਸੀਗਾ, ਅਤੇ ਅੱਜ ਸ਼ਨੀਵਾਰ ਸਵੇਰ ਤੋਂ ਮੀਂਹ ਸ਼ੁਰੂ ਹੋਇਆ, ਵੈਸੇ ਰਾਤ ਤੋਂ ਹੀ ਪੈ ਰਿਹਾ ਸੀ ਸ਼ੁੱਕਰਵਾਰ ਤੋਂ, ਹੁਣ ਦੇਖੋ ਮੀਂਹ ਸ਼ੁਰੂ ਹੋ ਗਿਆ, ਹਲੇ ਥੋੜ੍ਹਾ ਥੋੜ੍ਹਾ ਸ਼ੁਰੂ ਹੋਇਆ, ਫਿਰ ਉਸ ਤੋਂ ਬਾਅਦ ਬਹੁਤ ਤੇਜ਼ ਤੇਜ਼ ਹੋ ਗਿਆ ਸੀਗਾ, ਅਤੇ ਸਾਰੀ ਦਿਹਾੜੀ ਮੀਂਹ ਪੈਂਦਾ ਰਿਹਾ, ਐਤਵਾਰ ਸਵੇਰ ਤੱਕ ਮੀਂਹ ਪੈਂਦਾ ਰਿਹਾ। ਦੁਪਹਿਰ ਤੋਂ ਬਾਅਦ ਜਾ ਕੇ ਮੌਸਮ ਠੀਕ ਹੋਇਆ ਸੀ, ਸ਼ਨੀਵਾਰ ਤੋਂ ਸ਼ੁਰੂ ਹੋਇਆ ਸੀ ਮੀਂਹ ਪੈਣਾ, ਅਤੇ ਐਂ ਲੱਗਦਾ ਸੀ ਜਿਵੇਂ ਪੂਰੇ ਸਰਦੀਆਂ ਦੇ ਦਿਨ ਆ ਗਏ ਨੇ, ਅਤੇ ਗਰਮ ਕੱਪੜੇ ਕੱਢਣ ਦੀ ਤਿਆਰੀ ਹੋ ਜਾਣੀ ਹੈ ਛੇਤੀ। ਇੱਦਾਂ ਦਾ 3-4 ਦਿਨ ਹੋ ਗਏ ਮੌਸਮ ਹੋਇਆ, ਵੈਸੇ ਤਾਂ ਐਂ ਠੰਡੀ ਠੰਡੀ ਹਵਾ ਚੱਲਦੀ ਹੈ ਬਰਫੀਲੀ ਜੀ। ਅਤੇ ਇੱਧਰ ਜੀ ਹੁਣ ਮੈਂ ਮੀਂਹ ਪਈ ਜਾ ਰਿਹਾ ਕਾਫੀ ਤੇਜ਼ ਤੇਜ਼ ਬਾਹਰ, ਅੰਦਰ ਮੌਸਮ ਵਧੀਆ ਹੋਇਆ ਪਿਆ ਬਹੁਤ ਜ਼ਿਆਦਾ ਠੰਡਾ। ਅਤੇ ਇੱਧਰ ਮੈਂ ਸਬਜ਼ੀਆਂ ਵਗੈਰਾ ਕੱਟ ਕੇ ਰੱਖ ਲਈਆਂ ਸੀਗੀਆਂ, ਅਤੇ ਸਾਰਾ ਆਪਣਾ ਕੰਮ ਹੋ ਚੁੱਕਿਆ, ਸਫਾਈ ਵਗੈਰਾ ਭਾਂਡੇ ਵਗੈਰਾ ਸਾਰਾ ਕੁਛ ਕੰਮ ਨਿਬੜ ਗਿਆ, ਅਤੇ ਬਸ ਹੁਣ ਮੈਂ ਜੀ ਸਬਜ਼ੀ ਬਣਾਵਾਂਗੀ। ਅਤੇ ਆਹ ਵੇਖੋ ਜੀ ਮੀਂਹ ਕਾਫੀ ਤੇਜ਼ ਹੋਇਆ ਪਿਆ, ਪਾਣੀ ਕਿੰਨਾ ਸੜਕਾਂ 'ਤੇ ਖੜ੍ਹ ਗਿਆ, ਨਾਲ ਦੀ ਨਾਲ ਹੀ ਨਿਕਲੀ ਵੀ ਜਾ ਰਿਹਾ ਪਾਣੀ, ਅਤੇ ਭਰੀ ਵੀ ਜਾ ਰਿਹਾ, ਕੋਠੇ ਕੋਠਿਆਂ ਤੋਂ ਆ ਰਿਹਾ ਪਰਨਾਲਿਆਂ ਤੋਂ ਪਾਣੀ। ਅਤੇ ਇੱਧਰ ਜੀ ਆਪਾਂ ਸਬਜ਼ੀ ਦੇ ਵਿੱਚ ਤੇਲ ਪਾ ਕੇ ਰੱਖਤਾ ਸੀ ਕੜਾਹੀ 'ਚ, ਇਹਦੇ ਵਿੱਚ ਮੈਂ ਥੋੜ੍ਹਾ ਜਿਹਾ ਜੀਰਾ ਪਾਤਾ, ਥੋੜ੍ਹੀ ਜਿਹੀ ਪਾਵਾਂਗੇ ਆਪਾਂ ਅਜਵਾਇਣ। ਅਜਵਾਇਣ ਨਾਲ ਸਬਜ਼ੀ ਦਾ ਟੇਸਟ ਬਹੁਤ ਵਧੀਆ ਬਣ ਜਾਂਦਾ, ਖਾਸ ਕਰਕੇ ਗੋਭੀ ਦੀ ਸਬਜ਼ੀ। ਅਤੇ ਆ ਮੈਂ ਪਿਆਜ਼ ਵੀ ਪਾ ਲਏ ਸੀਗੇ, ਪਿਆਜ਼ਾਂ ਨੂੰ ਵੀ ਆਪਾਂ ਥੋੜ੍ਹਾ ਜਿਹਾ ਭੁੰਨਾਂਗੇ। ਅਤੇ ਇੱਧਰ ਮੈਂ ਗੋਭੀ ਨਾ ਕੋਸੇ ਪਾਣੀ ਦੇ ਵਿੱਚ ਧੋ ਕੇ ਰੱਖ ਲਈ ਸੀ, ਥੋੜ੍ਹੀ ਦੇਰ ਕੋਸੇ ਪਾਣੀ ਦੇ ਵਿੱਚ ਭਿਉਂਤੀ ਸੀ ਲੂਣ ਪਾ ਕੇ, ਅਤੇ ਹੁਣ ਮੈਂ ਧੋ ਕੇ ਅਤੇ ਟੋਕਰੀ ਦੇ ਵਿੱਚ ਕੱਢ ਕੇ ਰੱਖਤੀ ਇਹ ਸਬਜ਼ੀ। ਅਤੇ ਆ ਜੀ ਆਪਾਂ ਲਸਣ ਅਦਰਕ ਅਤੇ ਹਰੀ ਮਿਰਚ ਅਤੇ ਟਮਾਟਰ ਦਾ ਆਪਾਂ ਪਿਊਰੀ ਬਣਾ ਲਈ ਸੀਗੀ, ਆ ਵੀ ਵਿੱਚ ਪਾਤੀ, ਥੋੜ੍ਹਾ ਜਿਹਾ ਆਪਾਂ ਲੂਣ ਮਿਰਚ ਪਾ ਲਾਂਗੇ ਜਿਹੜੇ ਰੋਜ਼ ਆਪਾਂ ਸਬਜ਼ੀਆਂ ਦੇ ਵਿੱਚ ਯੂਜ਼ ਕਰਦੇ ਹਾਂ। ਲੂਣ ਪਾਤਾ, ਥੋੜ੍ਹੀ ਜਿਹੀ ਆਪਾਂ ਪਾ ਲਾਂਗੇ ਹਲਦੀ, ਅਤੇ ਥੋੜ੍ਹਾ ਜਿਹਾ ਆਪਾਂ ਪਾਵਾਂਗੇ ਜੀ ਮੀਟ ਮਸਾਲਾ, ਅਤੇ ਗਰਮ ਮਸਾਲਾ ਮੈਂ ਮਿਕਸ ਕੀਤਾ ਹੋਇਆ। ਅਤੇ ਹੁਣ ਆਪਾਂ ਪਾ ਲਾਂਗੇ ਥੋੜ੍ਹੀ ਜਿਹੀ ਲਾਲ ਮਿਰਚ, ਲਾਲ ਮਿਰਚ ਆਪਾਂ ਘੱਟ ਪਾਵਾਂਗੇ, ਹਰੀਆਂ ਵੀ ਪਾਈਆਂ ਨੇ ਆਪਾਂ। ਅਤੇ ਇੱਧਰ ਨਾਲ ਹੀ ਜੀ ਮੈਂ ਆਟਾ ਗੁੰਨ ਲਿਆ ਸੀ, ਉੱਧਰ ਆਪਣਾ ਮਸਾਲਾ ਆਪਾਂ ਰੱਖਿਆ ਹੋਇਆ ਭੁੰਨਣ ਵਾਸਤੇ, ਨਾਲ ਇੱਧਰ ਆਪਣਾ ਆਟਾ ਵੀ ਗੁੰਨ ਲਿਆ ਆਪਾਂ। ਅਤੇ ਬਾਹਰ ਮੀਂਹ ਦਾ ਕੰਮ ਉੱਦਾਂ ਹੀ ਸ਼ੁਰੂ ਹੋਇਆ ਪਿਆ ਸਿਲਸਿਲਾ, ਮੀਂਹ ਪਈ ਜਾ ਰਿਹਾ, ਅਤੇ ਲਾਈਟ ਵੀ ਬੰਦ ਹੋ ਗਈ ਹੈ, ਪਰ ਲਾਈਟ ਤਾਂ
कोई महसूस नहीं हो रहा, बंद हुई तो लाइट बंद तो भी सगो थोड़ी थोड़ी ठंड ही लगती भी सी। तो हूँ जी आप सब्जी नू ढक के रख दें 5-7 मिनट लिए, फिर आप चेक करांगे। तो नाल ही जोड़े 2-4 भांडे इन्हों भी मैं नाल ही धो लाँगी। आप मिक्सी का जग जीरे से आप मसाला पीसिया उन्होंने भी नाल ही धो के रख देंगे, तो आटे वाली परात नू भी। लो जी एक बारी आप गोभी हिला के देख लैने, तो थोड़ा जिहा पानी पाता सीगा गोभी थोड़ी ना जड़े डंडल जे थोड़े हार्ड जे गोभी के, थोड़ा जिहा पानी पा के आप फिर रख दें 10 मिनटा लिए घट सेक करके। तो हूँ जी सारा काम अपना निबड़ गया, बिल्कुल आप हो गए फ्री, सब्जी अपनी बनी जूगी। तो मीह अपना पूरा जोर शोर ना पै रहा देखो बहर। तो हूँ आप चाह बना के ले आंदी है, नाल आप चाह पीवे तो नाल मीह का नज़ारा लवेंगे। तो आखो एज मैं धुंद धुंद जी हुई पी है, इदा मीह भी पई आ रहा ना, बदल इदा हुए पे ने, बारी के बच्चों साफ नहीं दिखता पा, मीह काफ़ी तेज सीगा, पानी तो काफ़ी आखो खड़ा ही है सड़क से। तो 12:15 बजे का टाइम है, लाइट अपनी बंद हुई है 12 बजे। तो हूँ जी मैं इधर कंघी वगैरह करके हटी सी, तो मैं हाथ धो के मैं एक बार सब्जी चेक कर लव, सब्जी नू भी काफ़ी टाइम हो गया, 10 मिनट तो उपर ही हो गए ने। लो जी सब्जी नू आपां चेक करदे आं हुण।